सत श्री अकाल जी, किदां सारे बई। गुरुआं संतां ने कहा है कि एक इहो जी गंदी चीज़ मेरे कोल, इहनूं लै जाओ इत्थों। गंदी गंदी चीज़ां रखदे हो, बाद च लवांगे। संतां ने कहा है बई पिछे पिछे तुरदी है फेम अजकल, बई मैं क्या आउंदा है सितारां विच नेम अजकल। उह तेरे करके गाने साडे नहीं चलदे, बई लंडू लाउंदे मेरे ते ब्लेम अजकल। बई देखो साडे कोल ना दा फेम ना पैसा है, पर ये हरा जा पड़दा है। बई पिछे जिन्ने मर्जी लाओ बंदे, कोई टेंशन ही नहीं भरा। तो इस ट्यूटोरियल नूं असीं छेती शुरू करदे हां, क्योंकि संतां ने कहा है बई दस उहनां नूं भराउणा तुहाडा फेर आ गया जिहड़े मेरी घर हाजरी च छाउण लग पए। ਬਈ ਸਭ ਤੋਂ ਪਹਿਲਾਂ ਇਹ ਇਫੈਕਟ ਲਈ ਸਾਨੂੰ ਸਾਡੇ ਮਿੱਤਰ ਪਿਆਰੇ ਚਾਹੀਦੇ ਹੋਣਗੇ, ਬਈ ਜਿਹੜੇ ਸਾਡੇ ਯਾਰ ਬੇਲੀ ਨੇ ਉਹਨਾਂ ਦਾ ਅਸੀਂ ਗ੍ਰੀਨ ਸਕਰੀਨ 'ਤੇ ਸ਼ੂਟ ਕਰਾਂਗੇ। ਕਿਉਂਕਿ ਹੋਰ ਸੰਤਾਂ ਨੇ ਕਿਹਾ ਬਈ ਯਾਰਾਂ ਬਾਰੇ ਬੋਲਣਾ ਕੁੜੇ, ਬਈ ਪਹਿਲੀਆਂ ਵੀ ਇਸੇ ਗੱਲੋਂ ਛੱਡੀਆਂ। ਅਤੇ ਜਿਹੜੇ ਯਾਰ ਹੁੰਦੇ ਨੇ ਇਹਨਾਂ ਦੀ ਤੁਹਾਨੂੰ ਲੋੜ ਪੈਣੀ ਹੈ ਇਫੈਕਟ 'ਚ, ਅਤੇ 4-5 ਇਕੱਠੇ ਹੋ ਗਏ ਵੇਲੀ, ਅਤੇ ਮਤਲਬ ਗ੍ਰੀਨ ਸਕਰੀਨ 'ਤੇ ਮਹਿਫਿਲ ਜੀ ਜੰਮ ਗਈ। 4-5 ਐਕਸ਼ਨ ਹਰੇਕ ਕਰੈਕਟਰ 'ਤੇ, ਵੱਖ ਵੱਖ ਉਹਨਾਂ ਦੇ ਜਿਹੜੇ ਲੀੜੇ ਲੱਤੇ ਨੇ। ਬਈ ਲੀੜੇ ਲੱਤਿਆਂ ਤੋਂ ਯਾਦ ਆ ਗਿਆ ਮੈਨੂੰ, ਬਈ ਸੰਤਾਂ ਨੇ ਕਿਹਾ ਬਈ ਬੂਟ ਕੱਟ ਪਾਉਂਦੇ ਹਾਂ ਨਜ਼ਰਾਂ 'ਚ ਜਾਂਦੇ ਹਾਂ, ਬਈ ਰੋਇਲ ਜੀ ਲੁੱਕ ਤੇਰੇ ਯਾਰ ਦੀ, ਸੋਹਣਾ ਜਿਹਾ ਕੰਮ ਹੈ ਭਰਾ। ਅਤੇ ਸ਼ੂਟ ਕਰਨ ਤੋਂ ਬਾਅਦ ਅਸੀਂ ਸਾਡੀ ਫੁਟੇਜ ਨੂੰ ਲੈ ਕੇ ਜਾਵਾਂਗੇ ਆਫਟਰ ਇਫੈਕਟਸ 'ਚ, ਅਤੇ ਇੱਕ ਨਿਊ ਕੰਪੋਜੀਸ਼ਨ ਬਣਾਉਂਗੇ, ਅਤੇ ਉਹਦੇ 'ਚ ਸਾਰੀਆਂ ਜਿਹੜੀਆਂ ਸਾਡੀਆਂ ਫੁਟੇਜ ਨੇ ਉਹਦੇ ਤੋਂ ਬੈਸਟ ਬੈਸਟ ਪਾਰਟ ਅਸੀਂ ਕੱਢਾਂਗੇ। ਅਤੇ ਇਹਦੇ ਬਾਅਦ ਕੀ ਲਾਈਟ ਇਫੈਕਟ ਲਾ ਕੇ ਅਸੀਂ ਗ੍ਰੀਨ ਸਕਰੀਨ ਨੂੰ ਰਿਮੂਵ ਕਰਾਂਗੇ। ਅਤੇ ਇਹ ਕਰਨ ਦੇ ਬਾਅਦ ਸਾਡੀ ਗ੍ਰੀਨ ਸਕਰੀਨ ਰਿਮੂਵ ਹੋ ਚੁੱਕੀ ਹੈ। ਜੇ ਤੁਸੀਂ ਗ੍ਰੀਨ ਸਕਰੀਨ ਦਾ ਡਿਟੇਲ ਟਿਊਟੋਰੀਅਲ ਚਾਹੁੰਦੇ ਹੋ ਤਾਂ ਤੁਹਾਨੂੰ ਲਿੰਕ ਡਿਸਕ੍ਰਿਪਸ਼ਨ 'ਚ ਮਿਲ ਜੂ, ਨਹੀਂ ਤਾਂ ਇਹ ਜਿਹੜਾ ਕਾਰਡ ਇਹਨੂੰ ਕਲਿੱਕ ਕਰੋ ਅਤੇ ਜਾ ਕੇ ਟਿਊਟੋਰੀਅਲ ਵੇਖੋ ਭਰਾ, ਬਹੁਤ ਸੋਹਣਾ ਟਿਊਟੋਰੀਅਲ ਹੋਊ। ਅਤੇ ਹੁਣ ਭੀੜ ਬਣਾਉਣ ਵਾਸਤੇ ਅਸੀਂ ਬੈਕਗਰਾਊਂਡ ਲਾਵਾਂਗੇ ਜਿਹੜਾ ਵੀ ਸਟੇਡੀਅਮ ਦਾ ਹੋਣਾ ਹੈ, ਅਤੇ ਉੱਥੇ ਅਸੀਂ ਆਪਣੇ ਜਿਹੜੇ ਯਾਰ ਬੇਲੀ ਸੀਗੇ ਉਹਨਾਂ ਦੀਆਂ ਲੇਅਰਾਂ ਨੂੰ ਰੱਖਾਂਗੇ, ਅਤੇ ਉਹਨਾਂ ਨੂੰ ਡੁਪਲੀਕੇਟ ਕਰਕੇ Ctrl-D ਦੇ ਨਾਲ, ਅਤੇ ਅਸੀਂ ਜਿਹੜੇ ਕੈਰੈਕਟਰਸ ਨੇ ਉਹਨਾਂ ਨੂੰ ਦੂਰ ਦੂਰ ਰੱਖਾਂਗੇ, ਨੇੜੇ ਨੇੜੇ ਨਹੀਂ ਹੋਣੇ ਚਾਹੀਦੇ ਨੇ। ਕਿਉਂਕਿ ਸੰਤਾਂ ਨੇ ਕਿਹਾ ਵੀ ਵੇ ਮੈਂ ਚੰਗੀ ਹਾਂ ਤੈਥੋਂ ਦੂਰ ਹੋ ਕੇ ਵੇ ਮੈਂ ਚੰਗੀ ਹਾਂ। ਇਹਦਾ ਮਤਲਬ ਹੈ ਕਿ ਜਿਹੜੇ ਸਾਡੇ ਯਾਰ ਬੇਲੀ ਨੇ ਉਹ ਕੋਲ ਨਹੀਂ ਹੋਣੇ ਚਾਹੀਦੇ ਨੇ, ਉਹ ਦੂਰ ਦੂਰ ਹੋਣੇ ਚਾਹੀਦੇ ਨੇ, ਨਹੀਂ ਤਾਂ ਵੀ ਲੋਕਾਂ ਦੀਆਂ ਨਜ਼ਰਾਂ ਉਹਨਾਂ 'ਤੇ ਪੈਂਦੀਆਂ ਨੇ ਅਤੇ ਕੰਮ ਖਰਾਬ ਹੋ ਜਾਂਦਾ ਭਰਾ। ਅਤੇ ਕਰਾਊਡ ਲਾਉਣ ਦੇ ਬਾਅਦ ਜਿਹੜਾ ਕੰਮ ਅਸੀਂ ਕਰਾਂਗੇ, ਵੀ ਜਿਹੜੀਆਂ ਫੋਨ ਦੀਆਂ ਫਲੈਸ਼ਾਂ ਨੇ ਉਹ ਅਸੀਂ ਲਾਵਾਂਗੇ, ਕਿਉਂਕਿ ਸੰਤਾਂ ਨੇ ਕਿਹਾ ਬਈ ਬੇਬੀ ਤੇਰੇ ਫੋਨ ਦਾ ਲਿਸ਼ਕਾਰਾ ਲੱਗੇ ਮੈਨੂੰ ਜਾਣ ਤੋਂ ਪਿਆ। ਅਤੇ ਉਹਦੇ ਲਈ ਅਸੀਂ ਆਪਟੀਕਲ ਫੇਸ ਦਾ ਯੂਜ਼ ਕਰਾਂਗੇ, ਇੱਕ ਨਿਊ ਲੇਅਰ 'ਚ ਆਪਟੀਕਲ ਫੇਸ ਲਾਵਾਂਗੇ, ਅਤੇ ਉਹਦੀ ਜਿਹੜੀ ਬ੍ਰਾਈਟਨੈਸ ਅਤੇ ਸਕੇਲ ਹੈ ਉਹਦੇ ਕੀ ਫਰੇਮ ਲਾ ਕੇ ਉਹਨੂੰ ਐਨੀਮੇਟ ਕਰਾਂਗੇ, ਅਤੇ ਨਾਲ ਇਹੋ ਜਿਹਾ ਇਫੈਕਟ ਬਣਾਵਾਂਗੇ ਜਿਵੇਂ ਫੋਨ ਨਾਲ ਫਲੈਸ਼ਾਂ ਵੱਜ ਰਹੀਆਂ। ਅਤੇ ਇਹਦੇ ਬਾਅਦ ਅਸੀਂ ਇੱਕ ਹੋਰ ਇਫੈਕਟ ਲਾਵਾਂਗੇ ਕਰਾਊਡ ਨੂੰ ਮਾੜਾ ਜਿਹਾ ਬਲਰ ਕਰਨ ਵਾਸਤੇ, ਉਹਨੂੰ ਕਹਿੰਦੇ ਹਾਂ ਵੀ ਕੈਮਰਾ ਲੈਂਸ ਬਲਰ। ਅਤੇ ਇਸ ਬਲਰ ਦੇ ਉੱਤੇ ਤੁਸੀਂ ਮੈਪ ਵੀ ਲਾ ਸਕਦੇ ਹੋ। ਇਹਦੇ ਲਈ ਤੁਸੀਂ ਇੱਕ ਨਿਊ ਸੋਲਿਡ ਲੇਅਰ ਬਣਾਓ ਅਤੇ ਉਹਦੇ 'ਤੇ ਗ੍ਰੇਡੀਐਂਟ ਰੈਂਪ ਇਫੈਕਟ ਲਾਓ, ਅਤੇ ਉਹਦੇ ਬਾਅਦ ਉਹਨੂੰ ਪ੍ਰੀਕੰਪੋਜ਼ ਕਰੋ ਅਤੇ ਐਡਜਸਟਮੈਂਟ ਲੇਅਰ 'ਤੇ ਜਾਓ ਜਿਹਦੇ 'ਤੇ ਤੁਸੀਂ ਕੈਮਰਾ ਲੈਂਸ ਬਲਰ ਲਾਇਆ ਹੈ, ਉਹਦੇ 'ਤੇ ਜਾ ਕੇ ਜਿਹੜਾ ਬਲਰ ਮੈਪ ਹੈ ਉਹਨੂੰ ਸਿਲੈਕਟ ਕਰ ਲਓ। ਕਿਉਂਕਿ ਸੰਤਾਂ ਨੇ ਕਿਹਾ ਕੀ ਕਿਹਾ ਸੰਤਾਂ ਨੇ ਬਲਰ ਮੈਪ ਬਾਰੇ ਦੱਸੋ ਮੈਨੂੰ। ਬਈ ਮੈਂ ਬਹੁਤ ਸੋਚਿਆ, ਪਰ ਸੰਤਾਂ ਨੇ ਮੈਪ ਦੇ ਬਾਰੇ ਅਤੇ ਕੈਮਰਾ ਲੈਂਸ ਦੇ ਬਾਰੇ ਅਤੇ ਐਡਜਸਟਮੈਂਟ ਲੇਅਰ ਦੇ ਬਾਰੇ ਅਤੇ ਗ੍ਰੇਡੀਐਂਟ ਮੈਪ ਦੇ ਬਾਰੇ ਇਹਨਾਂ ਬਾਰੇ ਕੁਝ ਕਿਹਾ ਹੀ ਨਹੀਂ ਹੈ। ਕਿਹੋ ਜਿਹੇ ਸੰਤ ਹੈ? ਇਹਨਾਂ ਸੰਤਾਂ ਨੇ ਕਿਹਾ ਵੀ ਜਿਹੜਾ ਵੀ ਫਿੱਟ ਲਾਉਣਾ ਹੈ ਉਹ ਐਡਜਸਟਮੈਂਟ ਲੇਅਰ 'ਤੇ ਲਾਓ ਭਰਾ, ਅਤੇ ਪ੍ਰੀਕੰਪੋਜ਼ ਕਰਨਾ ਨਾ ਭੁੱਲੋ। ਜਿਹੜਾ ਮੈਪ ਤੁਸੀਂ ਲਾਇਆ ਹੋਇਆ ਹੈ ਕੈਮਰਾ ਲੈਂਸ ਬਲਰ 'ਤੇ, ਉਹ ਬਿਨਾਂ ਪ੍ਰੀਕੰਪੋਜ਼ ਦੇ ਕੰਮ ਨਾ ਕਰੂ ਭਰਾ, ਮੇਰੀ ਗੱਲ ਵੀ ਸੁਣ ਲਿਆ ਕਰੋ ਕਦੇ। ਇਹ ਵੀ ਸੰਤ ਨੇ ਯਾਰ, ਇਹਨਾਂ ਦੀ ਵੀ ਕੋਈ ਗੱਲ ਸੁਣੋ। ਬਈ ਇਹ ਤਾਂ ਹੋ ਗਿਆ ਵੀ ਜੇ ਤੁਸੀਂ 100 ਕੁ ਬੰਦਾ ਲਾਉਣਾ ਹੋਵੇ ਜਾਂ 500 ਕੁ ਬੰਦਾ ਲਾਉਣਾ ਹੋਵੇ, ਪਰ ਜੇ ਤੁਸੀਂ ਲੱਖ ਬੰਦਾ ਲਾਉਣਾ ਹੋਵੇ ਤਾਂ? ਕਿਉਂਕਿ ਸੰਤਾਂ ਨੇ ਕਿਹਾ ਕਿ ਮੁੰਡਾ ਲੱਖਾਂ 'ਚੋਂ ਇੱਕ ਕੁੜੀਓਂ, ਬਈ ਮੁੰਡਾ ਲੱਖਾਂ 'ਚੋਂ ਇੱਕ। ਜੇ ਤੁਸੀਂ ਜ਼ੂਮ ਕਰੋਗੇ ਸ਼ੋਟ 'ਚ, ਬਈ ਇਹਨਾਂ ਲੱਖਾਂ ਮੁੰਡਿਆਂ 'ਚ ਮੈਂ ਵੀ ਇੱਕ ਬੰਦਾ ਹਾਂ ਜਿਹੜਾ ਉੱਧਰ ਖੜਿਆ ਹੋਇਆ ਭਰਾ, ਧਿਆਨ ਨਾਲ ਦੇਖੋ ਤੁਸੀਂ। ਦੋਸਤੋ, ਸੰਤੋਂ ਨੇ ਇਹ ਵੀ ਕਿਹਾ ਹੈ ਕਿ ਅਗਰ ਪੰਜਾਬੀ ਸੇ ਬਾਤ ਨਾ ਮੰਨ ਰਹੀ ਹੋ, ਅਗਰ ਫਲੋ ਆਪਕਾ ਸਲੋ ਹੋ ਤੋ ਆਪ ਹਿੰਦੀ ਮੇਂ ਬਾਤਚੀਤ ਕਰ ਸਕਤੇ ਹੈ, ਤਾਂ ਕਿ ਆਪ ਬਹੁਤ ਜਲਦੀ ਇਹ ਵਾਲੀ ਇਫੈਕਟ ਸਮਝਾ ਸਕੇ। ਤੋ ਆਪਕੋ ਬਤਾਨਾ ਚਾਹੂੰਗਾ, ਅਗਰ ਪਾਰਟੀਕੁਲਰ ਕੇ ਅੰਦਰ ਆਪ ਇਫੈਕਟ ਕ੍ਰੀਏਟ ਕਰਨਾ ਚਾਹਤੇ ਹੈਂ, ਕਰਾਊਡ ਸਿਮੁਲੇਟ ਕਰਨਾ ਚਾਹਤੇ ਹੈਂ, ਤੋ ਉਸਕੇ ਲਈ ਬਹੁਤ ਸਿੰਪਲ ਚੀਜ਼ ਹੈ।
आपको बस एक न्यू लेयर पर पार्टिकुलर इफेक्ट को सिलेक्ट करना है और उसके बाद जो आपकी ग्रीन स्क्रीन वाली फुटेज है उसको अपनी पार्टिकुलर लेयर के नीचे रखना है और उसको 3D कन्वर्ट कर देना है। उसके बाद पार्टिकुलर की लेयर में जाएं और पार्टिकल में जाकर जो उसकी शेप है उसको चेंज कर दीजिए स्प्राइट में, और जो टेक्सचर है स्प्राइट के अंदर जाकर उसमें अपनी लेयर को सिलेक्ट कर लीजिए जो आपके कैरेक्टर्स जिसमें हैं जो ग्रीन स्क्रीन सिलेक्ट की हुई है। तो वहाँ से जैसे कि आप देख सकते हैं पार्टिकल्स की जगह आपके कैरेक्टर्स आने लग जाएंगे। वेलोसिटी को जीरो कर दीजिए, रैंडम वेलोसिटी को जीरो कर दीजिए, ग्रेविटी वगैरह सब चीज़ों को जीरो कर दीजिए, कोई स्पीड उसमें नहीं होनी चाहिए। उसके बाद आप अपने एमीटर को प्लेन या फिर 3D ग्रिड में कन्वर्ट कर सकते हैं या फिर बॉक्स में चेंज कर सकते हैं। और बॉक्स में चेंज करने के बाद आप एक्स वाई जेड एक्सिस बॉक्स की जो है उनको चेंज कर लीजिए अकॉर्डिंग टू जो भी आपकी रिक्वायरमेंट है, और नंबर ऑफ पार्टिकल्स को चेंज कर दीजिए जितने भी आपको लोग चाहिए उसके अंदर उसी हिसाब से, और पार्टिकल्स पर सेकंड को एनिमेट कर लीजिए। सबसे पहले जितने भी आपको रखने हैं उतने लोग आप रखिए और उसके बाद एनिमेट करके उसको जीरो कर दीजिए ताकि उतने ही लोग आपके सीन रहें और नए पार्टिकल्स ना बने, नए लोग जो है वो ना क्रिएट हो। ऐसे ही आप मल्टीपल लेयर्स क्रिएट कर लीजिए डिफरेंट डिफरेंट लोगों की, डिफरेंट डिफरेंट लोगों को स्प्राइट के तौर पर सिलेक्ट करके एज अ टेक्सचर उसमें डाल के। और याद रखिएगा लाइफ को जो है बढ़ाना ना भूलिए, नहीं तो आपके पार्टिकल्स खत्म होते चलेंगे। तो लाइफ आप 10-12 सेकंड जितने भी सेकंड का शॉर्ट अपनी रख सकते हैं, और ये बन चुका है आपका एक और बेहतरीन इफेक्ट, पार्टिकल सिमुलेशन बेसिकली आपने की है। जेड एक्सिस में अपने पार्टिकल्स को आगे या पीछे मूव कर सकते हैं जिसके अकॉर्डिंग आप अपने क्राउड को डिस्ट्रीब्यूट कर सकें अपने शॉट में। बेहतरीन ट्यूटोरियल कैसे लगा तेजी पंजाबी से उन्हें अपरा क्योंकि संतने के है भाई गिण गिण के बदले लेंदा मैनू पंजाब कहंदे आ एक लेवल। किहो जिहा लग्या तुहानू अज दा ट्यूटोरियल सानू कमेंट करके दसो, चंगे चंगे कमेंट करियो क्योंकि असी अहिंसावादी बंदे हाँ, क्योंकि संतने के है भाई जिन्हें देड़निया हिका वह लसेंस नहीं लेंदे भाई जिन्हें देड़निया, ਇਹ ਕਿਹੋ ਜਿਹੀ ਗੰਦੀ ਚੀਜ਼ ਮੈਨੂੰ ਫੜਾ ਦਿੱਤੀ ਤੁਸੀਂ, ਅਸੀਂ ਅਹਿੰਸਾਵਾਦੀ ਬੰਦੇ ਹਾਂ ਭਰਾ।